फर्श ते पई एक छोटे बच्चे दी चप्पल ते डिगियां पईयां चॉकलेटां। ਇਹ ਉਸੇ ਬੱਚੇ ਦੀਆਂ ਨੇ ਜਿਸ ਨਾਲ ਉਸਦੇ ਸਕੇ ਮਾਮੇ ਨੇ ਇੱਕ ਸ਼ੈਤਾਨ ਦਾ ਰੂਪ ਧਾਰ ਕੇ ਰੂਹ ਨੂੰ ਕੰਬਾ ਕੇ ਰੱਖ ਦੇਣ ਵਾਲਾ ਦਰਦਨਾਕ ਅਤੇ ਖਤਰਨਾਕ ਕਾਰਾ ਕਰਤਾ ਜੋ ਤੁਸੀਂ ਸ਼ਾਇਦ ਕਦੀ ਵੀ ਨਾ ਸੁਣਿਆ ਹੋਵੇ। ਇਹ ਉਹੀ ਕਾਰ ਹੈ ਜਿੱਥੇ ਲੱਗੀ ਇਸ ਦੀ ਨੇਮ ਪਲੇਟ 'ਤੇ ਲਿਖੇ ਨਾਂ ਦੇ ਉਲਟ ਇਸ ਘਰ 'ਚ ਉਹ ਸ਼ੈਤਾਨੀ ਕਰਤੂਤ ਹੋਈ ਹੈ ਜਿਸ ਕਰਕੇ ਇੱਕ 3.5 ਸਾਲ ਦੀ ਬੱਚੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਇਸ ਸਭ ਦਾ ਕਾਰਨ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਕਾਰਨ ਹੈ ਪਬਜੀ ਗੇਮ। ਮਾਮਲਾ ਹੈ ਪਟਿਆਲਾ ਦਾ ਜਿੱਥੇ ਤੇਜ਼ਬਾਗ ਕਲੋਨੀ ਦੇ ਇਸ ਘਰ 'ਚ ਰਹਿਣ ਵਾਲਾ ਪੰਕਜ ਬਿਜਲੀ ਮਹਿਕਮੇ ਦੇ ਵਿੱਚ SDO ਲੱਗਾ ਹੋਇਆ ਸੀ ਪਰ ਉਸਨੇ ਉਹ ਨੌਕਰੀ ਵੀ ਛੱਡ ਦਿੱਤੀ ਕਿਉਂਕਿ ਪਾਠ ਪੂਜਾ ਅਤੇ ਭਜਨ ਕਰਨ ਵਾਲੇ ਇਸ ਨੌਜਵਾਨ ਨੂੰ ਇੱਕ ਖਤਰਨਾਕ ਚਸਕਾ ਲੱਗ ਜਾਂਦਾ ਪਬਜੀ ਗੇਮ ਖੇਡਣ ਦਾ ਜਿਸ ਕਰਕੇ ਇਹ ਲੰਮੇ ਸਮੇਂ ਤੋਂ ਡਿਪਰੈਸ਼ਨ 'ਚ ਚੱਲ ਰਿਹਾ ਸੀ। ਪਬਜੀ ਗੇਮ ਤਾਂ ਹੁਣ ਖੇਡਣ ਲੱਗਿਆ ਸੀਗਾ ਅੱਜ ਕੱਲ੍ਹ ਜਦੋਂ ਪਾਪਾ ਬਾਰੇ ਬੋਲਦੇ ਸੀ ਤਾਂ ਬਸ ਕਹਿੰਦਾ ਮੈਨੂੰ ਕੋਈ ਬੋਲਦੇ ਸੀ ਪਰ ਸਾਰਾ ਦਿਨ ਨਹੀਂ ਦੇਖਦਾ ਸੀ ਇਹ ਕਾਸਟ ਦੀ ਵਰਤ ਵੀ ਰੱਖਦਾ ਸੀ ਭਜਨ ਵੀ ਬਹੁਤ ਕਰਦਾ ਸੀ ਸਾਰਾ ਕੁਛ ਕਰਦਾ ਸੀਗਾ ਕਿਸੇ ਨੂੰ ਦੁਖੀ ਨਹੀਂ ਕਰਦਾ ਸੀ ਸਭ ਨੂੰ ਪਰ ਸਾਨੂੰ ਸਾਡੇ ਜ਼ੋਰ ਸੀ ਬਸ ਫਿਰ ਸਾਡੇ ਤੇ ਰੋਹ ਪਾਉਂਦਾ ਸੀ ਬਸ ਕੀ ਕਰਿਆ ਕੀ ਆ। ਇਸ ਖਤਰਨਾਕ ਗੇਮ ਦੇ ਕਾਰਨ ਡਿਪਰੈਸ਼ਨ 'ਚ ਆਏ ਮਾਮੇ ਨੇ ਆਪਣੇ 3.5 ਸਾਲ ਦੀ ਮਾਸੂਮ ਭਾਣਜੀ ਨੂੰ ਕਮਰੇ ਅੰਦਰ ਲਿਜਾ ਕੇ ਕੁੰਡੀ ਲਗਾ ਉਸ ਨਾਲ ਉਹ ਕਾਰਾ ਕਰ ਦਿੱਤਾ ਕਿ ਇੱਕ ਸ਼ੈਤਾਨ ਵੀ ਆਪਣੇ ਹੰਝੂ ਕਿਰਨ ਨੂੰ ਮਜਬੂਰ ਹੋ ਜਾਵੇ। ਬੱਚੇ ਨੂੰ ਭਾਣਜੀ ਨੂੰ ਬਸ ਤੁਸੀਂ ਕੱਪੜੇ ਲਿਆਓ ਉਹ ਆਏ ਸੀ ਭਰਾ ਦਾ ਆਪਰੇਸ਼ਨ ਸੀਗਾ ਉਹਦਾ ਕਿਡਨੀ ਦਾ ਆਪਰੇਸ਼ਨ ਹੋਇਆ ਸੀ ਵਰਤਮਾਨ ਉੱਥੋਂ ਪਹਿਲਾਂ ਪਟਿਆਲਾ ਸਟੰਟ ਪਾਇਆ ਫਿਰ ਦੁਬਾਰਾ ਸਟੰਟ ਪਾਉਣਾ ਸੀ ਅਤੇ ਇਸਕਾ ਸਟੰਟ ਪਾਉਣਾ ਤੋਂ ਪਹਿਲਾਂ ਕੰਪਲੇਨ ਲਿਆ ਕੋਈ ਨਹੀਂ ਉਹ ਗਈ ਨਹੀਂ ਸੀ ਫਿਰ ਉਹਨੇ ਪਤਾ ਨਹੀਂ ਅੰਦਰ ਸੇ ਕੁੰਡੇ ਲਾ ਲਏ ਇਸਕੇ ਕੁੰਡੇ ਤੋਂ ਕੋਈ ਲਾਇਆ ਵੀ ਕੁੰਡੇ ਲਾ ਕੇ ਡਰਦੀ ਹੈ ਵੀ ਤਾਂ ਕਰਚੀ ਉਹ ਮਾਰੀ ਆ ਉਹਨੇ ਤਾਂ ਦੇਖਿਆ ਤਾਂ ਇਸ ਤਰ੍ਹਾਂ ਮਾਰਤਾ ਬੱਚੇ ਨੂੰ ਉਹਨੇ ਸੁਆ ਹੋਇਆ ਬਸ ਬੱਚੇ ਨੂੰ ਦੱਸ ਕੇ ਪਤਾ ਨਹੀਂ ਕਿਉਂ ਲਗਾਉਂਦਾ ਹੈਗਾ ਵੀ ਚੱਲ ਐਵੇਂ ਰੱਖ ਲੈ ਬੈਠਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਮਾਮੇ ਦੇ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਤੇ ਛੇਤੀ ਹੀ ਉਸਨੂੰ ਗ੍ਰਿਫਤਾਰ ਕੀਤਾ ਜਾਏਗਾ। ਹਾਊਸ ਨੰਬਰ 1 ਗਲੀ ਨੰਬਰ 1 ਜੋ ਤੇਜ਼ਬਾਗ ਕਲੋਨੀ ਕ੍ਰਿਸ਼ਨ ਕੁਮਾਰ ਜੀ ਦੇ ਘਰੇ ਉਹਨਾਂ ਦੀ ਇੱਕ 3.5 ਸਾਲ ਦੀ ਬੇਟੀ ਸੀ ਨਹੀਂ ਉਹਦੀ ਦੋਹਤਰੀ ਹੈ 3.5 ਸਾਲ ਦੀ ਉਹਦਾ ਮਰਡਰ ਹੋ ਗਿਆ। ਇਹ ਮਰਡਰ ਉਹਦੇ ਮਾਮੇ ਨੇ ਕੀਤਾ ਪੰਕਜ ਉਹਦਾ ਨਾਮ ਹੈ ਸਨ ਆਫ ਕ੍ਰਿਸ਼ਨ ਕੁਮਾਰ ਅਤੇ ਉਹਨੇ ਮਤਲਬ ਉਹਨਾਂ ਦਾ ਮਰਡਰ ਕਰਤਾ ਜਦੋਂ ਅਸੀਂ ਉਹ ਬੋਡੀ ਲੈ ਕੇ ਗਏ ਉੱਥੇ ਹੋਸਪਿਟਲ ਤਾਂ ਉਹਨਾਂ ਨੇ ਡੈੱਡ ਮਤਲਬ ਕੀਤਾ ਡਿਕਲੇਅਰ ਕਰ ਉਹ ਜੀ ਕਿਸੇ ਤਿੱਖੀ ਚੀਜ਼ ਨਾਲ ਢਿੱਡ 'ਚ ਮਾਰ ਕੇ ਕੀਤਾ ਜੀ ਹਾਂਜੀ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜੀ ਅਸਲੀ ਗੱਲ ਸਾਹਮਣੇ ਆਊਗੀ ਅਤੇ ਕੋਈ ਤਿੱਖੀ ਚੀਜ਼ ਮਾਰ ਕੇ ਮਤਲਬ ਢਿੱਡ ਦੇ ਵਿੱਚ ਕਾਫੀ ਮਤਲਬ ਉਹਦੇ ਨਿਸ਼ਾਨ ਹੈ ਤਿੱਖੀ ਚੀਜ਼ ਦੇ ਤਿੱਖੀ ਚੀਜ਼ ਮਾਰ ਕੇ ਕੀਤਾ ਕਾਰਨ ਜੀ ਬਾਕੀ ਦਾ ਤਫਤੀਸ਼ ਜਾਰੀ ਹੈ ਬਾਕੀ ਉਹਨਾਂ ਦੇ ਮੁੰਡੇ ਦੀ ਜਿਹੜੀ ਮਦਰ ਹੈ ਉਹਦਾ ਕਹਿਣਾ ਵੀ ਇਹ ਥੋੜ੍ਹਾ ਜਿਹਾ ਡਿਪਰੈਸ਼ਨ ਚੱਲ ਰਿਹਾ ਸੀਗਾ ਅਤੇ ਬਾਕੀ ਜੋ ਡਾਕਟਰ ਦੀ ਰਿਪੋਰਟ ਹੋਊਗੀ ਜੋ ਦੇਖ ਕੇ ਉਹਦੀ ਭਾਣਜੀ ਲੱਗਦੀ ਸੀ ਉਹ ਮਾਮਾ ਸੀਗਾ ਇਹ ਕਪੂਰਥਲੇ ਤੋਂ ਆਈ ਸੀ ਇਹ ਇਹਦੇ ਫਾਦਰ ਦਾ ਆਪਰੇਸ਼ਨ ਸੀਗਾ ਕ੍ਰਿਸ਼ਨ ਕੁਮਾਰ ਦਾ ਉਹਦੇ ਇਲਾਜ ਵਾਸਤੇ ਆਈ ਹੋਈ ਸੀ ਅਤੇ 2 ਕੁ ਦਿਨ ਪਹਿਲਾਂ ਹੀ ਇਹਨਾਂ ਦਾ ਹਸਬੈਂਡ ਛੱਡ ਕੇ ਗਏ ਸੀਗੇ ਅਤੇ ਉਹ ਫਿਰ ਬਿਆਨ ਲਿਖ ਕੇ ਕਾਰਵਾਈ ਕਰਾਂਗੇ ਜੀ। ਨਹੀਂ ਜੀ ਉਹ ਜੇ ਦੇਖਦੇ ਹਾਂ ਕਿ ਪਬਜੀ ਖੇਡਦਾ ਸੀਗਾ ਕੀ ਖੇਡਦਾ ਸੀਗਾ ਇਹ ਵੀ ਪਤਾ ਲੱਗਿਆ ਪਹਿਲਾਂ ਇਹ ਬਿਜਲੀ ਬੋਰਡ 'ਚ ਇੰਪਲਾਈ ਵੀ ਸੀਗਾ SDO ਸੀਗਾ ਪਰ ਇਹਦੇ ਕਰਕੇ ਨੌਕਰੀ ਛੱਡਤੀ ਸੀ ਕਾਫੀ 2012 ਤੋਂ ਪਹਿਲਾਂ ਨੌਕਰੀ ਛੱਡਤੀ ਸੀ ਇਹਨੇ 5-7 ਸਾਲ ਉੱਥੇ ਬਿਜਲੀ ਬੋਰਡ 'ਚ ਵੀ SDO ਰਿਹਾ। ਇਸ ਮਾਮੇ ਨੇ ਆਪਣੀ ਸੱਕੀ ਮਾਸੂਮ ਭਾਣਜੀ ਨਾਲ ਜੋ ਕੁਝ ਕੀਤਾ ਉਹ ਬੇਹੱਦ ਘਟੀਆ ਅਤੇ ਭਿਆਨਕ ਸੀ। ਪਬਜੀ ਨੇ ਇੱਕ ਹੋਰ ਘਰ ਬਰਬਾਦ ਕਰਕੇ ਰੱਖ ਦਿੱਤਾ। ਦੇਖਣਾ ਇਹ ਹੈ ਕਿ ਪਬਜੀ ਕਾਰਨ ਸ਼ੈਤਾਨ ਬਣ ਚੁੱਕੇ ਮਾਮੇ ਨਾਲ ਹੁਣ ਕਾਨੂੰਨ ਕਿਹੜੀ ਖੇਡ ਖੇਡਦਾ। ਹਕੀਕਤ ਟੀਵੀ ਪੰਜਾਬੀ ਲਈ ਪਟਿਆਲਾ ਤੋਂ ਬਿੰਦਰ ਬਾਤਿਸ਼ ਦੀ ਰਿਪੋਰਟ।
ਕੀ ਤੁਸੀਂ ਪਰੇਸ਼ਾਨ ਹੋ? ਅੱਜ ਹੀ ਸੰਪਰਕ ਕਰੋ ਤ੍ਰੈਕਾਲ ਭੈਰਵ ਜੋਤਿਜ ਸੰਸਥਾਨ ਪੰਡਿਤ ਕੇ ਆਚਾਰੀਆ। ਸੰਪਰਕ ਕਰੋ 93525-75867। 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਖੋਇਆ ਪਿਆਰ ਵਾਪਸ ਪਾਉਣਾ, ਪਿਆਰ ਚ ਧੋਖਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਵਿਦੇਸ਼ ਯਾਤਰਾ, ਇਮੀਗ੍ਰੇਸ਼ਨ ਮਸਲੇ, ਔਲਾਦ ਸੁੱਖ, ਮੋਹਣੀ ਵਸ਼ੀਕਰਨ ਕਰਾਓ, ਮਨ ਚਾਹਾ ਪਿਆਰ ਪਾਓ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕਸ। ਧੋਖੇਬਾਜ਼ ਅਤੇ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਪਿਆਰ ਚ ਤੜਫਦਾ ਦੇਖੋ। ਹਰ ਜਗ੍ਹਾ ਤੋਂ ਨਿਰਾਸ਼ ਅਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ 93525-75867।